ਜੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਆਪ ਨੂੰ ਇੱਕ ਵੱਖਰੇ ਅਤੇ ਨਵੇਂ ਲੈਵਲ ਦੇ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ। ਲਗਭਗ ਹਰ ਹਫ਼ਤੇ 2 ਤੋਂ 3 ਪੰਜਾਬੀ ਫਿਲਮਾਂ ਰਿਲੀਜ਼ ਹੋਣ ਦੀ ਤਾਦਾਦ 'ਤੇ ਹੈ। ਜੇ ਗੱਲ ਕਰੀਏ ਸਾਲ 2020 ਦੀ, ਹਫ਼ਤੇ ਇੱਕ ਫਿਲਮ ਤਾਂ ਪੱਕੀ ਹੀ ਰਿਲੀਜ਼ ਹੋਣੀ ਹੈ। ਲੇਕਿਨ ਗੱਲ ਇਸ ਦੇ ਨਾਲ ਹੀ ਨਹੀਂ ਮੁੱਕਦੀ। ਪੰਜਾਬੀ ਇੰਡਸਟਰੀ ਦੇ ਵਿੱਚ ਵੈੱਬ ਸੀਰੀਜ਼ ਦਾ ਦੌਰ ਵੀ ਕਾਫੀ ਟਾਈਮ ਤੋਂ ਸ਼ੁਰੂ ਹੋ ਚੁੱਕਿਆ ਸੀ। ਜੇ ਗੱਲ ਕਰੀਏ ਸਭ ਤੋਂ ਹਿੱਟ ਵੈੱਬ ਸੀਰੀਜ਼ ਯਾਨੀ ਕਿ ਯਾਰ ਜਿਗਰੀ ਕਸੂਤੀ ਡਿਗਰੀ ਦੀ, ਤਾਂ ਉਸ ਵੈੱਬ ਸੀਰੀਜ਼ ਨੇ ਆਡੀਅੰਸ ਵੱਲੋਂ ਬੇਹੱਦ ਪਿਆਰ ਖੱਟਿਆ ਅਤੇ ਉਸ ਦੇ ਨਾਲ ਹੀ ਉਸਦੀ ਸਟਾਰਕਾਸਟ ਨੂੰ ਵੈੱਬ ਸੀਰੀਜ਼ ਤੋਂ ਬਾਅਦ ਹੀ ਫਿਲਮਾਂ ਦੇ ਵਿੱਚ ਦਰਸਾਉਣ ਦਾ ਮੌਕਾ ਵੀ ਮਿਲਿਆ। ਕੁਛ ਇਸੇ ਤਰ੍ਹਾਂ ਹੀ ਇੱਕ ਵੈੱਬ ਸੀਰੀਜ਼ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਤੁਹਾਡੇ ਆਪਣੇ ਗਿੱਪੀ ਗਰੇਵਾਲ। ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਅੰਡਰ ਬਣਨ ਜਾ ਰਹੀ ਇਸ ਵੈੱਬ ਸੀਰੀਜ਼ ਦਾ ਨਾਮ ਹੈ ਵਾਰਨਿੰਗ। ਇਹ ਵੈੱਬ ਸੀਰੀਜ਼ ਆਲਮੋਸਟ ਤਿਆਰ ਹੋ ਚੁੱਕੀ ਅਤੇ ਇਸ ਦਾ ਟ੍ਰੇਲਰ ਬਹੁਤ ਹੀ ਜਲਦ ਸਾਨੂੰ ਦਿਖਾਈ ਦੇਗਾ। ਗਿੱਪੀ ਗਰੇਵਾਲ ਨੇ ਇਸ ਵੈੱਬ ਸੀਰੀਜ਼ ਨੂੰ ਲਿਖਿਆ ਵੀ ਹੈ ਅਤੇ ਪ੍ਰੋਡਿਊਸ ਵੀ ਕੀਤਾ ਅਤੇ ਇਸ ਵਾਰ ਇਸ ਵੈੱਬ ਸੀਰੀਜ਼ ਨੂੰ ਡਾਇਰੈਕਟ ਕੀਤਾ ਅਮਰ ਹੁੰਦਲ ਨੇ। ਹੰਬਲ ਮੋਸ਼ਨ ਪਿਕਚਰਸ ਦੀ ਵਾਰਨਿੰਗ ਨੂੰ ਕਿੱਥੇ ਰਿਲੀਜ਼ ਕੀਤਾ ਜਾਏਗਾ ਇਹ ਤਾਂ ਹਲੇ ਤੈਅ ਨਹੀਂ ਕੀਤਾ ਗਿਆ ਕਿ ਵਾਰਨਿੰਗ ਦੇ ਪੋਸਟਰ ਤੋਂ ਪਤਾ ਚੱਲਦਾ ਕਿ ਇਸ ਵੈੱਬ ਸੀਰੀਜ਼ ਦੇ ਵਿੱਚ ਇੱਕ ਥ੍ਰਿਲਰ ਐਕਸ਼ਨ ਦੇਖਣ ਨੂੰ ਜ਼ਰੂਰ ਮਿਲੇਗਾ। ਜੇ ਤੁਸੀਂ ਵੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਐਕਸਾਈਟਿਡ ਹੋ ਤਾਂ ਸਾਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਇਸ ਵੈੱਬ ਸੀਰੀਜ਼ ਦੀ ਰਿਲੀਜ਼ ਡੇਟ ਅਤੇ ਫਸਟ ਐਪੀਸੋਡ ਦੇ ਲਈ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਪੰਜਾਬੀ ਗਰੂਵਜ਼।